ਕਹਿੰਦਾ ਮੰਜਾ ਸਾਰ ਸਾਰ ਚੁੰਗੀਆਂ ਨੇ ਬੂਰੀਆਂ, ਉਹ ਮਾਂ ਨੇ ਕੁੱਟ ਕੁੱਟ ਕੇ ਖਵਾਈਆਂ ਮੈਨੂੰ ਚੂਰੀਆਂ, ਕਿ ਜਦੋਂ ਲਾਈ ਦੇ ਗਰਾਊਂਡ ਵਿੱਚ ਗੇੜਾ ਐਵੇਂ ਨੀ ਤਾਰੀਫਾਂ ਹੋਣੀਆਂ, ਕਿ ਨਾ ਬੋਲਦਾ ਸਪੀਕਰਾਂ ਚ ਮੇਰਾ ਐਵੇਂ ਨੀ ਤਾਰੀਫਾਂ ਹੋਣੀਆਂ। ਵਾਕਈ ਇਹ ਤਾਰੀਫਾਂ ਤਾਂ ਹੁੰਦੀਆਂ ਨੇ ਜੇ ਕੁਝ ਕੀਤਾ ਹੋਵੇ, ਜੇ ਵੱਡੀ ਮਿਹਨਤ ਕੀਤੀ ਹੋਵੇ। ਵਾਕਈ ਜਿਹਨੇ ਦਾ ਮਾਰਨੇ ਆ, ਜਿਹਨੇ ਕੁਝ ਕਰਕੇ ਦਿਖਾਉਣਾ ਹੈ, ਉਹਨਾਂ ਨੂੰ ਦੁਨੀਆ ਯਾਦ ਕਰਦੀ ਹੈ, ਦੁਨੀਆ ਸਲਾਮ ਕਰਦੀ ਹੈ। ਬਹੁਤ ਬਹੁਤ ਮੁਬਾਰਕਬਾਦ ਦੇਵਾਂਗੇ ਪੂਰੀ ਦੰਗਲ ਕਮੇਟੀ ਨੂੰ, ਲੱਖ ਲੱਖ ਵਧਾਈਆਂ ਨੇ। ਬਹੁਤ ਵਧੀਆ ਜਿਹੜੇ ਮੁਕਾਬਲੇ ਹੋਏ ਆ, ਇੱਧਰ ਵਿਜੇ ਪਹਿਲਵਾਨ ਮੈਦਾਨ ਦੇ ਵਿੱਚ ਧਰਿਆ ਹੋਇਆ ਧੋਣ ਤੇ ਗੋਡਾ ਪਾਏ ਨੇ ਗੋਟੀ ਹੱਥ। ਕਹਿੰਦਾ ਜਦ ਹੋਵੇ ਜੋੜ ਬਰਾਬਰ ਦੀ, ਉਹ ਫਿਰ ਖੈਰ ਔਖਾ ਛੁੱਟਦਾ ਏ, ਫਸ ਜਾਂਦੀ ਜਾਨ ਸਕੰਜੇ ਵਿੱਚ। ਜਦੋਂ ਪੁੱਤ ਬਗਾਨਾ ਕੁੱਟਦਾ ਏ, ਉਹ ਦੀ ਪਸਿਓ ਕੰਮ ਔਖਾ, ਖਾਣੀ ਮਾਰ ਵੀ ਮਲਦੀ। ਜਦ ਹੋਵੇ ਧੋਣ ਤੇ ਗੋਡਾ ਯਾਰੋ, ਫਿਰ ਲੱਗੇ ਜਿਵੇਂ ਤਲਵਾਰ ਚੜਦੀ, ਫਿਰ ਲੱਗੇ ਜਿਵੇਂ ਤਲਵਾਰ ਚੜਦੀ। ਵਾਹ ਵੀ ਵਾਹ, ਚਲ ਵੀ ਚਲੋ ਬੱਲੇ 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 ਬੱਲੇ, ਇੱਧਰ ਵਿਜੇ ਪਾਈ ਭਜਾ ਦੇ ਬੜਾ, ਤਾੜੀਆਂ ਦਾ ਲਾ ਦੇ ਵਰਸ਼ਕੋ। ਵਾਕਈ ਸਿਰਾ ਹੁੰਦਾ ਪਿਆ ਮੈਦਾਨ ਦੇ ਵਿੱਚ, ਵਾਕਈ ਬੱਲੇ ਬੱਲੇ ਹੋਈ ਪਈ ਹੈ ਮੈਦਾਨ ਦੇ ਵਿੱਚ, ਕਿਲੇ ਬੱਲੇ ਬੱਲੇ ਹੋਈ ਪਈ ਹੈ। ਬਿੱਲੂ ਖਾੜੇ ਤੋਂ ਬਾਹਰ ਹੋ ਜਾਓ, ਖਾੜੇ ਤੋਂ ਬਾਹਰ ਹੋ ਜਾਓ। ਅਰਜਿੰਦਰ ਅਰਜਿੰਦਰ ਤਿਆਰ ਹੈ? ਰੈਫਰੀ ਸਾਹਿਬ ਗੋਪਾਲ ਵਾਲੀ ਕੁਸ਼ਤੀ ਦਾ ਸਮਾਂ ਦੇਖਿਓ, ਗੋਪਾਲ ਵਾਲੀ ਕੁਸ਼ਤੀ ਦਾ ਇਹ ਜਿਹੜੀ ਲੱਗੀ ਹੈ, ਹਾਂ ਇਸ ਕੁਸ਼ਤੀ ਦਾ ਸਮਾਂ ਸ਼ਾਇਦ ਹੋ ਗਿਆ। ਵੱਡੀਆਂ ਕੁਸ਼ਤੀਆਂ ਬਹੁਤ ਨੇ, ਪੁਆਇੰਟ ਕਰਾ ਦਿਓ ਉਹਨਾਂ ਦਾ, ਗੋਪਾਲ ਤੇ ਆਸੀ ਖੜਾ ਕਰਾਓ ਕਰਾਓ ਪੁਆਇੰਟ ਕਰਾਓ, ਕਿਉਂਕਿ ਸਮਾਂ ਬਹੁਤ ਘੱਟ ਹੈ। ਅਗਲੀ ਕੁਸ਼ਤੀ ਲਈ ਮੁਰਾਦ ਅਲੀ ਤੇ ਰਜਿੰਦਰ, ਰੋਡ ਦੇ ਵਿੱਚ ਕਿਸੇ ਦਾ ਆਟੋ ਲੱਗਿਆ ਛੋਟੇ, 0847 ਨੰਬਰ ਆਟੋ ਲੱਗਿਆ ਹੋਇਆ ਰੋਡ ਦੇ ਵਿੱਚ, ਜਾ ਕੇ ਸਾਈਡ ਕਰਿਓ ਪਲੀਜ਼, ਬੇਨਤੀ ਹੈ, ਜਾਮ ਲੱਗਿਆ ਹੋਇਆ ਬੇਨਤੀ ਹੈ। ਚਲੋ ਵੀ ਚਲੋ, ਉੱਧਰ ਪੁਆਇੰਟ ਦੇ ਕੁਸ਼ਤੀ ਹੈ ਗੋਪਾਲ ਤੇ ਸਿਰਾ ਕਰਾਤਾ। ਬਿੱਲੂ ਹੁਣ ਤਿਆਰ ਹੋ, ਇੱਥੇ ਬੁਲਾਓ ਜੀ, ਆ ਜਾਓ ਆ ਜਾਓ ਆ ਜਾਓ, ਢੋਲੀ ਢੋਲੀ ਪਹਿਲ ਬੜ ਧਿਆਨ ਦਿਆ ਕਰੋ, ਮੇਰੇ ਵੀ ਜੋਰ ਲੱਗਦੇ ਆ, ਬਹੁਤ ਦਰਵਾਜ਼ਾ ਮਾਰਦੇ ਆ, ਜਿਹੜਾ ਧਿਆਨ ਦਿਆ ਕਰੋ ਪਹਿਲਵਾਨ ਵੀ, ਹੱਥ ਕਿਹੜਾ ਕਰਦੇ ਬਿੱਲੂ ਪਹਿਲਵਾਨ ਪੰਜ ਗ੍ਰਾਈ ਤੇ ਸੇਠੀ ਪਹਿਲਵਾਨ ਆਰ ਐਸ ਬਰਾ ਨਵਾਂ ਸ਼ਹਿਰ। ਚਲੋ ਵੀ ਕਰੋ ਕੁਸ਼ਤੀ ਸ਼ੁਰੂ, ਬਾਹਰ ਨਹੀਂ ਜਾਣਾ, ਬਾਹਰ ਨਹੀਂ ਜਾਣਾ ਬਾਬੂ, ਅਖੰਡ ਦੇ ਵਿੱਚ ਖੜ ਕੇ ਲੜਨਾ ਆ, ਅਖੰਡ ਦੇ ਵਿੱਚ ਲੜਨਾ ਆ। ਉਧਰ ਰੈਫਰੀ ਸਾਹਿਬ ਇਹ ਪੁਆਇੰਟ ਦੇ ਕੁਸ਼ਤੀ ਹੈ ਕੀ ਲੰਗੋਟਾ, ਬਈ ਧਿਆਨ ਦਿਓ ਪਹਿਲਵਾਨ, ਜੇ ਲੰਗੋਟਾ ਜਿਹਨੇ ਫੜਿਆ ਉਹਦੇ ਖਿਲਾਫ ਢੋਲੀ ਯਾਰ, ਥੋੜਾ ਕੱਲਾ ਜਾਓ ਜਾਂਦੇ ਤਿੰਨ ਅੱਗੇ ਤੁਸੀਂ, ਹਾਂ ਗੋਪਾਲ ਪਹਿਲਵਾਨ ਜਿਹੜਾ ਜੇਤੂ ਹੈ, ਆਸੀਮ ਨੇ ਜਿਹੜਾ ਲੰਗੋਟਾ ਫੜਿਆ, ਇਸੇ ਕਰਕੇ ਜਿਹੜਾ ਟੈਕਨੀਕਲ ਆਧਾਰ 'ਤੇ
ਗੋਪਾਲ ਪਹਿਲਵਾਨ ਜੇਤੂ ਹੈ। ਰਜਿੰਦਰ ਰਜਿੰਦਰ ਆਇਓ ਬਈ, ਮੁਰਾਦ ਅਲੀ ਪਹਿਲਵਾਨ ਜਗਟੀ ਆ ਜਾਓ ਆ ਜਾਓ। ਅਰੁਣ ਤੇ ਬਾਗੂ ਦੇ ਦਰਮਿਆਨ ਵੀ ਬੜਾ ਵਧੀਆ ਬਈ, ਕਾਕਾ ਦੇ ਮਨੀਰ ਆਜੇ ਤੇ ਬਾਗੂ ਮਾਲੇ ਧਿਆਨ ਦਿਓ ਬਈ। ਬਿੱਲੂ ਕੀ ਚੱਕਰ ਹੈ, ਪੈਸੇ ਪੈਸੇ ਬਾਅਦ ਚ ਦੇਖ ਲਈ ਜਾਂ